ਅਸਲਾਮੁ ਅਲੈਕਮ ਦੋਸਤੋ, ਮੈਂ ਤੁਹਾਡਾ ਮੇਜ਼ ਭਾਰਤ ਬਲੀ, ਤੁਸੀਂ ਦੇਖਦੇ ਪਏ ਹੋ ਨੀਲੀ ਪੰਜਾਬ ਟੀਵੀ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਦਬਾਓ ਤਾਂ ਸਾਡੀ ਨਵੀਂ ਆਉਣ ਵਾਲੀ ਵੀਡੀਓ ਮੇਰੇ ਦੋਸਤਾਂ ਵੀਰੇ ਤੱਕ ਪਹੁੰਚ ਸਕੇ। ਦੋਸਤਾਂ ਵਾਸਤੇ ਮਾਸ਼ਾਅੱਲਾ ਜੀ ਇੱਕ ਘਰੇਲੂ ਛੋਟੀ ਜਿਹੀ ਵੀਡੀਓ ਲੈ ਕੇ ਹਾਜ਼ਰ ਹੋਇਆ ਦੋਸਤੋ। ਵੀਡੀਓ ਪਸੰਦ ਆਵੇ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਔਰ ਆਪਣੇ ਕਮੈਂਟ ਅਦਾ ਕਰਨਾ। ਲੋਕੇਸ਼ਨ ਤਹਿਸੀਲ ਅਰਫ ਵਾਲਾ, ਜ਼ਿਲ੍ਹਾ ਪਾਕਪਤ ਨੇ। ਦੂਸਰਾ ਸੁਆ ਜੈਨੂਇਨ ਸੂਈ ਹੈ, ਅੱਜ ਤਕਰੀਬਨ ਤੀਸਰਾ ਜਾਂ ਚੌਥਾ ਦਿਨ ਹੈ ਸੂਈ ਨੂੰ। ਬੋਲੇ ਦੇ ਵਿੱਚ ਮਾਸ਼ਾਅੱਲਾ ਬੜੀ ਖੂਬਸੂਰਤ ਔਰ ਬੜੀ ਲਾਜਵਾਬ ਹੈ ਔਰ ਲੋਕੇਸ਼ਨ ਤਹਿਸੀਲ ਅਰਫ ਵਾਲਾ, ਜ਼ਿਲ੍ਹਾ ਪਾਕਪਤ ਨੇ। ਮਾਸ਼ਾਅੱਲਾ ਬਹੁਤ ਖੂਬਸੂਰਤ ਔਰ ਬੜੀ ਹੀ ਲਾਜਵਾਬ ਹੈ। ਹੱਡੀ ਇੱਕ ਬਰੀਕ ਝੋਟੀ ਹੈ ਔਰ ਥਣ ਮਾਸ਼ਾਅੱਲਾ ਬਹੁਤ ਕਮਾਲ ਲੱਗਿਆ ਹੋਇਆ। ਹਰ ਪਾਸੋਂ ਸਾਫ਼ ਸੁਥਰੀ ਚਿੱਟੀਆਂ ਸਫੈਦ ਅੱਖਾਂ, ਮੱਥੇ ਦੇ ਵਿੱਚ ਛੋਟੀ ਜਿਹੀ ਸਫੈਦ ਫੁੱਲੀ ਹੈ ਔਰ ਪਿਛਲੇ ਦੋਨੋਂ ਖੁਰ ਸਫੈਦ ਨੇ। ਲੈਣੇ ਦੇਣੇ ਨਸੀਬ ਹੁੰਦੇ ਨੇ, ਬਾਕੀ ਜਾਨਵਰ ਮੇਰੇ ਦੋਸਤਾਂ ਵੀਰਾਂ ਵਾਸਤੇ ਮਿਹਨਤ ਕਰਕੇ ਔਰ ਸਫ਼ਰ ਕਰਕੇ ਲੈ ਕੇ ਹਾਜ਼ਰ ਹੋਈਦਾ। ਧੁੰਨੀ ਤੋਂ ਲੈ ਕੇ ਸੂਹ ਦੇ ਡੋਡੇ ਤੱਕ ਮਾਸ਼ਾਅੱਲਾ ਝੋਟੀ ਨੂੰ ਹਵਾਨਾ। ਹਾਲੇ ਤੱਕ ਬਿਲਕੁਲ ਜਨਾਬ ਤਾਜ਼ੀ ਸੂਈ ਹੈ। ਤੁਹਾਨੂੰ ਪਤਾ ਹੈ ਕਿ ਜਦੋਂ ਜਾਨਵਰ ਇੱਕ ਵਾਰੀ ਤਾਜ਼ਾ ਸੁੰਦਾ, ਥੋੜ੍ਹਾ ਜਿਹਾ ਜਾਨਵਰ ਬੁੱਝ ਜਾਂਦਾ। ਇਹ ਧੁੰਨੀ ਨਹੀਂ ਹੈਗੀ, ਲੋਹ ਇਹ ਧੁੰਨੀ ਦੇ ਵਿੱਚ ਬਿਲਕੁਲ ਨਿਸ਼ਾਨ ਵੀ ਨਹੀਂ ਹੈਗਾ, ਬਾਕੀ ਸਿਰਫ ਥੋੜ੍ਹੀ ਜਿਹੀ ਲੋਹ ਪਾਈ ਕਿਉਂਕਿ ਤਾਜ਼ਾ ਸੂਈ ਜਨਾਬ। ਔਰ ਮੇਰੇ ਦੋਸਤਾਂ ਵੀਰਾਂ ਨੂੰ ਜਨਾਬ ਇੱਕ ਖੁਸੂਸੀ ਰਿਕੁਐਸਟ ਹੈ ਕਿ ਵੀਡੀਓ ਨੂੰ ਐਂਡ ਤੱਕ ਦੇਖਣਾ, ਤਸੱਲੀ ਕਰਨੀ ਔਰ ਮਾਸ਼ਾਅੱਲਾ ਦੇ ਕਮੈਂਟਸ ਕਰਨੇ ਨੇ। ਚਾਚਾ ਖੋਲ ਕਟੋਰੀ, ਇਵੇਂ ਹੀ ਲਈ ਚੱਲੇ ਚਾਚਾ ਲੰਮੀ। ਲਓ ਜੀ ਦੋਸਤੋ, ਟੁਰਦੀ ਫਿਰਦੀ ਤਸੱਲੀ ਕਰਾ ਦਿੰਦੇ ਹਾਂ। ਕੋਈ ਜ਼ੂਮ ਕਰਕੇ ਕੈਮਰਾ ਜਨਾਬ ਝੋਟੀ ਨਹੀਂ ਦਿਖਾ ਦੇ ਪਿਆ। ਮਾਸ਼ਾਅੱਲਾ ਝੋਟੀ ਦੇ ਥੱਲੇ ਥੱਬੇ ਦਾ ਹਵਾਨਾ, ਲੈਣੇ ਦੇਣੇ ਨਸੀਬ ਨੇ। ਜਾਨਵਰ ਮਾਸ਼ਾਅੱਲਾ ਬੜਾ ਖੂਬਸੂਰਤ ਔਰ ਬੜਾ ਹੀ ਲਾਜਵਾਬ ਹੈ, ਸਾਫ਼ ਸੁਥਰਾ, ਕੋਈ ਉੱਚੀ ਨੀਵੀਂ ਜਗ੍ਹਾ ਨਹੀਂ ਕੀਤੀ ਹੋਈ ਜਾਂ ਪੈੜਾ ਪਾ ਕੇ ਤੰਗ ਕਰਕੇ ਨਹੀਂ ਵੀਡੀਓ ਬਣਾ ਰਿਹਾ। ਮਾਸ਼ਾਅੱਲਾ ਝੋਟੀ ਕੋਲੇ ਜੈਨੂਇਨ ਥੱਬੇ ਦਾ ਹਵਾਨਾ, ਹੱਡੀ ਇੱਕ ਟਾਕਾਂ ਖੁੱਡਾ, ਮਾਸ਼ਾਅੱਲਾ ਬੜਾ ਪਿਆਰਾ ਹੈ ਝੋਟੀ ਨੂੰ, ਲੈਣੇ ਦੇਣੇ ਨਸੀਬ ਨੇ। ਥੋੜ੍ਹਾ ਜਿਹਾ ਹਾਥਾ ਛੋਟਾ, ਇਸ ਕਰਕੇ ਲੰਮੀ ਖੁੱਲ੍ਹ ਕੇ ਨਹੀਂ ਟੋਰ ਸਕਦੇ ਕਿਉਂਕਿ ਜਿੱਡਾ ਘਾਤਾ ਹੈ ਓਨੀ ਕੁ ਟੋਰ ਕੇ ਦਿਖਾਉਣੀ ਹੈ। ਬਾਕੀ ਟੁਰਨ ਫਿਰਨ ਦੇ ਵਿੱਚ ਜਨਾਬ ਕਿਸੇ ਕਿਸਮ ਦੀ ਕੋਈ ਕਮਿਖਤਾ ਹੀ ਨਹੀਂ। ਅਗਰ ਕੋਈ ਮਸਲਾ ਮਸਾਇਲ ਹੋਵੇਗਾ ਜਨਾਬ ਉਹਦੇ ਦੇਣਦਾਰ ਹੋਵਾਂਗੇ। ਮਾਸ਼ਾਅੱਲਾ ਬੜੀ ਲਾਜਵਾਬ ਹੈ ਔਰ ਕੱਦ ਪੂਰਾ, ਛੋਟਾ ਕੱਦ ਨਹੀਂ, ਲਾਮ ਪੂਰੀ ਹੈ, ਨਸਲ ਜ਼ਾਤ ਪੂਰੀ ਹੈ ਔਰ ਮਾਸ਼ਾਅੱਲਾ ਸਾਫ਼ ਸੁਥਰਾ ਜਾਨਵਰ ਹੈ ਔਰ ਬਿਲਕੁਲ ਹੀ ਤਾਜ਼ਾ ਸੂਈ ਹੋਈ ਹੈ। ਥੋੜ੍ਹੀ ਜਿਹੀ ਕੈਮਰੇ ਤੋਂ ਡਰਦੀ ਹੈ, ਬਾਕੀ ਕਿਸੇ ਕਿਸਮ ਦਾ ਝੋਟੀ ਦੇ ਵਿੱਚ ਕੋਈ ਐਬ ਨਹੀਂ। ਹੱਡੀ ਇੱਕ ਦੂਰੋਂ ਨਜ਼ਰ ਆਉਂਦੀ ਪਈ ਹੈ ਔਰ ਕੱਦ ਵੀ ਪੂਰਾ, ਲਾਮ ਪੂਰੀ ਹੈ, ਨਸਲ ਜ਼ਾਤ ਪੂਰੀ ਹੈ। ਹਰ ਇੱਕ ਚੀਜ਼ ਦੀ ਤਸੱਲੀ ਮੇਰੇ ਵੀਰਾਂ ਨੂੰ ਕੈਮਰੇ ਦੀ ਨਜ਼ਰ 'ਚ ਕਰਵਾ ਦੇਣੀ ਹੈ। ਮੇਰੇ ਦੋਸਤਾਂ ਵੀਰਾਂ ਨੇ ਜਨਾਬ ਵੀਡੀਓ ਨੂੰ ਐਂਡ ਤੱਕ ਦੇਖਣਾ, ਤਸੱਲੀ ਕਰਨੀ ਹੈ ਔਰ ਮਾਸ਼ਾਅੱਲਾ ਦੇ ਕਮੈਂਟਸ ਕਰਨੇ ਨੇ। ਦੋਸਤੋ ਆਪਾਂ ਵੀਡੀਓ ਜਿਹੜੀ ਬਣਾਈ ਦੀ ਹੈ ਜੈਨੂਇਨ ਔਰ ਪੈੜੇ ਤੋਂ ਬਗੈਰ ਬਣਾਈ ਦੀ ਹੈ, ਇਹ ਨਹੀਂ ਹੈਗਾ ਕਿ ਜਨਾਬ ਪੈੜਾ ਪਾ ਕੇ ਤੰਗ ਕਰ ਲਓ ਇਹਨੂੰ। ਮਾਸ਼ਾਅੱਲਾ ਜੈਨੂਇਨ ਹੀ ਝੋਟੀ ਕੋਲੇ ਪੂਰੇ ਥੱਬੇ ਦਾ ਹਵਾਨਾ ਔਰ ਥਣ ਜਿਹੜਾ ਪੂਰਾ ਮੁੱਠ ਪਰ, ਬੜਾ ਖੂਬਸੂਰਤ ਲਾਜਵਾਬ ਚੀਜ਼ ਹੈ। ਕੈਮਰਾਮੈਨ ਸਾਹਿਬ ਪੂਰੀ ਤਸੱਲੀ ਕਰਵਾਉਂਦੇ ਪਏ ਨੇ। ਬਰੀਕ ਝੋਟੀ ਹੈ ਜਿਹੜੀ ਕਿ ਦੁੱਧ ਵਾਲੀ ਹੈ ਔਰ ਨਸਲ ਜ਼ਾਤ ਵਾਲੀ ਹੈ, ਕਿਸੇ ਕਿਸਮ ਦਾ ਝੋਟੀ ਦੇ ਵਿੱਚ ਕੋਈ ਫਾਲਟ ਨਹੀਂ ਹੈਗਾ। ਚਾਚਾ ਲੈ ਬੰਦ ਜਾਂ ਐਵੇਂ ਲਈ, ਚਲੋ ਉੱਥੋਂ ਕਰਕੇ ਅੱਗੋਂ ਮੋੜ ਲੈਣਾ। ਲਓ ਜੀ ਦੋਸਤੋ, ਦੁਬਾਰਾ ਗੇੜਾ ਕਢਵਾਉਂਦੇ ਪਏ ਹਾਂ ਤਾਂ ਕਿ ਮੇਰੇ ਵੀਰ ਤਸੱਲੀ ਕਰ ਸਕਣ, ਇਹ ਨਾ ਕਹਿਣ ਕਿ ਰੱਜੇ ਭਾਈ ਆਪ ਤਸੱਲੀ ਨਹੀਂ ਕਰਵਾਏਗੀ। ਮੋੜ ਲਓ ਜੀ, ਲੈ ਚਾਚਾ ਸਾਦੇ ਜੇ ਬੰਦਿਆਂ ਦੇ ਕੋਲ, ਸਿੰਘਾਂ ਨੂੰ ਕੋਈ ਤੇਲ ਛੇਲ ਨਹੀਂ ਮਾਰਿਆ ਆ,
ਸਿਰਫ ਮਾੜੀ ਮੋਟੀ ਨਵਾਈ ਹੈ, ਕਿਉਂਕਿ ਉਹ ਕਹਿੰਦੇ ਨੇ ਕਿ ਤਾਜ਼ਾ ਸੂਈ ਉਹ ਤਾਂ ਨਵਾਉਂਦੇ ਵੀ ਨਹੀਂ ਸੀ, ਔਰ ਰਿਕੁਐਸਟ ਕਰਕੇ ਨਵਾਈ ਹੈ। ਮਾਸ਼ਾਅੱਲਾ ਬੜੀ ਲਾਜਵਾਬ ਚੀਜ਼ ਹੈ, ਤਸੱਲੀ ਵਾਲਾ ਜਾਨਵਰ ਹੈ। ਤਾਂ ਚਾਹ ਵੇ ਅਸੀਂ ਕਿਹੜੇ ਰੱਖੀ ਥੱਲੇ ਜਨਾਬ, ਇਹਦੇ ਇਹ ਕੱਟਾ, ਬਾਕੀ ਮਾਲਕਾਂ ਕੋਲੋਂ ਪੁੱਛ ਲੈਂਦੇ ਹਾਂ ਵੀ ਕਦੋਂ ਸੂਈ ਹੈ, ਕੀ ਹਿਸਾਬ ਕਿਤਾਬ ਹੈ, ਸਾਰੀ ਗੱਲਬਾਤ ਜਨਾਬ ਮਾਲਕਾਂ ਕੋਲੋਂ ਕਰ ਲੈਂਦੇ ਹਾਂ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਚਾਚਾ ਕੀ ਹਾਲ ਹੈ? ਅੱਲਾ ਦੇ ਕਰਮ ਕਰੀਏ ਤੇ ਜੀ। ਅੱਛਾ ਇਹ ਜਿਹੜੀ ਚੋਟੀ, ਹਾਂਜੀ, ਕਿੰਨਵਾਂ ਸੁਬਾ ਸੂਈ? ਦੂਸਰਾ ਜੀ। ਕਿੰਨੇ ਦਿਨ ਹੋ ਗਏ ਇਹਨੂੰ ਸੂਈ? ਚੌਥਾ ਦਿਨ ਹੈ। ਅੱਜ ਇਹਨੂੰ ਚੌਥਾ ਦਿਨ ਹੈ। ਬੋਲਾ ਮਾੜਾ ਮੋਟਾ ਹੈ ਜਾਂ ਨਿਕਲ ਗਈ? ਨਹੀਂ, ਬੋਲਾ ਹੈਗਾ ਜੀ ਅਜੇ ਤੱਕ। ਮਤਲਬ ਅੱਛਾ ਮਾੜਾ ਮੋਟਾ ਬੰਦ ਹੈ, ਮਤਲਬ ਕਿ ਬੋਲ ਨਿਕਲਦੀ ਪਈ ਹੈ? ਹਾਂਜੀ। ਹਾਜ਼ਰ ਟਾਈਮ ਇਹਦੇ ਥੱਲੇ ਕਿੰਨਾ ਬੋਲ ਹੈ? ਦੋ ਟਾਈਮ ਦਾ। ਦੋ ਟਾਈਮ ਦਾ ਸਾਰਾ ਜੀ 10 ਕਿਲੋ। ਦੋ ਟਾਈਮ ਦਾ 10 ਕਿਲੋ? ਹਾਂਜੀ। ਥਣਾਂ ਦੀ ਸਾਫ਼ ਹੈ? ਥਣਾਂ ਦੀ ਬਿਲਕੁਲ ਸਾਫ਼ ਕਲੀਅਰ। ਬਰਾਬਰ ਥਣ? ਬਰਾਬਰ ਇਨਸ਼ਾਅੱਲਾ। ਠੀਕ ਹੋ ਗਿਆ, ਬਸ ਥਣਾਂ ਦੀ ਤੁਹਾਡੀ ਗਾਰੰਟੀ ਹੋਣੀ ਚਾਹੀਦੀ, ਕਿਉਂਕਿ ਵੈਸੇ ਤਾਂ ਛੱਟਾ ਪੁਆਰਾ ਗੰਢ ਮਰੋੜੀ ਦਾ ਜ਼ਿੰਮੇਵਾਰ, ਉਹਦੀ ਜ਼ਿੰਮੇਦਾਰੀ ਤੁਹਾਡੀ। ਹਾਂਜੀ। ਤੇ ਚਾਚਾ ਪੈਸੇ ਦੇ ਮੰਗਣੇ ਨੇ, ਬਿਲਕੁਲ ਮਕੂਲ ਜੇ ਲੈਣ ਦੇਣ ਵਾਲੀ ਗੱਲ ਹੋਵੇ, ਐਵੇਂ ਛਾਲਾਂ ਨਹੀਂ ਮਾਰਨੀਆਂ ਕਿ ਜਨਾਬ ਪੰਡ ਪੈਸਿਆਂ ਦੀ ਮੰਗ ਲਈਏ ਤੇ ਫਿਰ ਆਖੀ ਯਾਰ ਕੋਈ ਮੁੱਲ ਨਹੀਂ ਲਾਉਂਦਾ। ਤਿੰਨ ਲੱਖ ਤੇ 70 ਹਜ਼ਾਰ ਅਗਰ ਕੋਈ ਚੱਲ ਕੇ ਆਵੇ ਮਾੜਾ ਮੋਟਾ ਦੀਦ ਲਿਆ, ਇਨਸ਼ਾਅੱਲਾ ਗੁੰਜਾਇਸ਼ ਕਰਾਂਗੇ। ਕਰੋਗੇ? ਲਓ ਜੀ ਦੋਸਤੋ, ਮਾੜੀ ਮੋਟੀ ਗੁੰਜਾਇਸ਼ ਮਾਲਕਾਂ ਦਾ ਕਹਿਣਾ ਕਿ ਕਰ ਲਾਂਗੇ। 3,70,000 ਰੁਪਇਆ ਡਿਮਾਂਡ ਹੈ, ਬਿਲਕੁਲ ਹੀ ਮਕੂਲ ਦੀ ਡਿਮਾਂਡ ਮਾਲਕਾਂ ਨੇ ਕੀਤੀ ਹੈ। ਦੂਸਰਾ ਸੁਬਾ ਇਹ ਝੋਟੀ ਸੂਈ ਹੈ, ਥੱਲੇ ਕੱਟਿਆ, 4 ਦਿਨ ਹੋ ਗਿਆ ਜਨਾਬ ਝੋਟੀ ਨੂੰ ਸੂਈ ਨੂੰ, ਅੱਜ ਚੌਥਾ ਦਿਨ ਹੈ, ਔਰ ਮਾਸ਼ਾਅੱਲਾ ਬੜੀ ਲਾਜਵਾਬ ਹੈ, ਬੜੀ ਖੂਬਸੂਰਤ ਹੈ। 10 ਲੀਟਰ ਹਾਜ਼ਰ ਟਾਈਮ ਬੋਲਾ, ਕਿਸੇ ਮੇਰੇ ਵੀਰ ਦੇ ਪਸੰਦ ਆਵੇ ਆਪਣਾ ਰਾਬਤਾ ਨੰਬਰ 0307-6563-651 ਆਪਣਾ ਵਟਸਐਪ ਤੇ ਈਮੋ ਨੰਬਰ ਹੈ। ਉਮੀਦ ਕਰਾਂਗੇ ਕਿ ਅੱਜ ਵਾਲੀ ਵੀਡੀਓ ਦੋਸਤਾਂ ਵੀਰਾਂ ਨੂੰ ਪਸੰਦ ਆਵੇਗੀ। ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾ ਨਿਗਹਿਬਾਨ। ਪਾਕਿਸਤਾਨ ਜ਼ਿੰਦਾਬਾਦ।